साल 2018 बॉलीवुड दे लई नवीआं उम्मीदां लै के आया है। इस साल बॉलीवुड दे विच कॉमेडी दे नाल नाल एक्शन दा भी तड़का लगेगा। इस तो इलावा सानू बायोपिक्स भी देखण नू मिलणगियां। ते अज रिलीज होया है बायोपिक सीरीज दी मोस्ट अवेटेड फिल्म सूबेदार जोगिंदर सिंह दा टीजर। 1.25 लाख नाल इक लड़ाऊं तब गोविंद सिंह नाम कहां। गुरु गोबिंद सिंह जी दी इस बाणी तो ही प्रेरणा लेके सूबेदार जोगिंदर सिंह ने 1962 दे इंडो चाइना वॉर दे विच 21 फौजियां दे नाल हजारां दुश्मनां दा टाकरा कीता ते इन्हां नूं इस लई परमवीर चक्र नाल सम्मानित भी कीता गया। सूबेदार जोगिंदर सिंह किवें दुश्मनां नाल जो कि हजारां दी तादाद च सी ਉਹਨਾਂ ਨਾਲ ਭਿੜ ਗਏ ਤੇ ਕਿਵੇਂ ਆਪਣੇ ਨਾਲ 21 ਫੌਜੀਆਂ ਨੂੰ ਲੜਨ ਲਈ ਤਿਆਰ ਕਰ ਲਿਆ। ਇਹੀ ਹੈ ਇਸ ਫਿਲਮ ਦੀ ਕਹਾਣੀ। ਸੂਬੇਦਾਰ ਜੋਗਿੰਦਰ ਸਿੰਘ ਦਾ ਕਿਰਦਾਰ ਨਿਭਾਉਂਦੇ ਨਜ਼ਰ ਆ ਰਹੇ ਨੇ ਗਿੱਪੀ ਗਰੇਵਾਲ। ਜੋਗਿੰਦਰ ਸਿੰਘ ਸਾਡੀ ਰੈਜੀਮੈਂਟ ਦਾ ਸਭ ਤੋਂ ਤਜਰਬੇਕਾਰ ਤੇ ਬਹਾਦਰ ਫੌਜੀ ਹੈ ਤੇ ਟੀਜ਼ਰ ਦੇ ਵਿੱਚ ਉਹਨਾਂ ਦੀ ਲੁੱਕ ਕਾਫੀ ਰੀਅਲ ਲੱਗ ਰਹੀ ਹੈ, ਲੇਕਿਨ ਉਹ ਆਪਣੀ ਅਦਾਕਾਰੀ ਦੇ ਨਾਲ ਕਿੰਨਾ ਕੁ ਕਮਾਲ ਦਿਖਾ ਪਾਣਗੇ ਇਹ ਤਾਂ ਫਿਲਮ ਆਉਣ ਤੇ ਹੀ ਪਤਾ ਲੱਗੇਗਾ। ਫਿਲਮ ਨੂੰ ਡਾਇਰੈਕਟ ਕੀਤਾ ਹੈ ਸਿਮਰਜੀਤ ਸਿੰਘ ਨੇ, ਜਿਨ੍ਹਾਂ ਨੇ ਦਰਸ਼ਕਾਂ ਨੂੰ ਅੰਗਰੇਜ਼ ਤੇ ਨਿੱਕਾ ਜੈਲਦਾਰ ਵਰਗੀਆਂ ਹਿੱਟ ਫਿਲਮਾਂ ਦਿੱਤੀਆਂ ਨੇ ਤੇ ਇਸ ਵਾਰ ਸਿਮਰਜੀਤ ਸਿੰਘ ਗਿੱਪੀ ਗਰੇਵਾਲ ਦੇ ਨਾਲ ਕੀ ਕਮਾਲ ਕਰਨਗੇ ਇਹ ਦੇਖਣ ਵਾਲੀ ਗੱਲ ਹੋਵੇਗੀ। ਫੋਰ ਯੋਰ ਕਾਈਂਡ ਇਨਫੋਰਮੇਸ਼ਨ ਦਿਸ ਲੈਂਡ ਬਿਲੋਂਗਸ ਟੂ ਇੰਡੀਆ।